ਸਤਿ ਸ਼੍ਰੀ ਅਕਾਲ, ਮੈਂ ਰਮਨਦੀਪ ਸਿੰਘ ਅਤੇ ਤੁਸੀਂ ਦੇਖ ਰਹੇ ਹੋ 7C ਨਿਊਜ਼। ਪਠਾਨਕੋਟ ਸ਼ਹਿਰ ਦੇ ਵਿੱਚ ਹੁਣ ਬਾਬਿਆਂ ਨੇ ਚੋਰੀ ਕਰਨ ਦਾ ਨਵਾਂ ਤਰੀਕਾ ਅਪਣਾ ਰਿਹਾ। ਬਾਬੇ ਜਿਹੜੇ ਕਿ ਜਗ੍ਹਾ ਜਗ੍ਹਾ 'ਤੇ ਬੀਬੀਆਂ ਨੂੰ ਲੁੱਟ ਰਹੇ ਨੇ। ਪਿਛਲੇ ਦਿਨੀ ਸਿਵਲ ਹਸਪਤਾਲ ਦੇ ਵਿੱਚ ਇੱਕ ਨੌਜਵਾਨ ਬਾਬੇ ਦੇ ਵੱਲੋਂ ਇੱਕ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ। ਇੱਕ ਬਜ਼ੁਰਗ ਮਹਿਲਾ ਜਿਹਨੂੰ ਕਿ ਲਾਲਚ ਦੇ ਕੇ ਉਹਦੇ ਸੋਨੇ ਦੀਆਂ ਵਾਲੀਆਂ ਉਹ ਲੈ ਕੇ ਫਰਾਰ ਹੋ ਗਿਆ। ਅਜਿਹਾ ਅੱਜ ਇੱਕ ਮਾਮਲਾ ਮਿਸ਼ਨ ਰੋਡ ਤੋਂ ਸਾਹਮਣੇ ਆਇਆ, ਜਿੱਥੇ ਇੱਕ ਮਹਿਲਾ ਆਪਣੇ ਘਰ ਤੋਂ ਨਿਕਲਦੀ ਹੈ ਮੰਦਰ ਆਉਣ ਵਾਸਤੇ, ਤਾਂ ਰਸਤੇ ਦੇ ਵਿੱਚ ਇੱਕ ਬਾਬਾ ਟੱਕਰਦਾ ਹੈ ਉਹਨੂੰ। ਬਾਬਾ ਕੋਈ ਗੱਲ ਪੁੱਛਦਾ ਅਤੇ ਅੱਗੇ ਨਿਕਲ ਜਾਂਦਾ। ਉਸ ਤੋਂ ਬਾਅਦ ਇੱਕ ਨੌਜਵਾਨ ਜਿਹੜਾ ਕਿ ਜੋੜਾਂ ਦੇ ਕੋਲ ਰੁਕਦਾ ਅਤੇ ਉਹ ਕਹਿੰਦਾ ਕਿ ਬਾਬਾ ਜਿਹੜਾ ਕਿ ਬਹੁਤ ਜਣੀ ਜਾਣ ਬਾਬਾ ਆ ਅਤੇ ਇਸ ਬਾਬੇ ਦੀ ਕਰਾਮਾਤਾਂ ਬਹੁਤ ਦੱਸੀਆਂ ਨੇ। ਉਸ ਤੋਂ ਬਾਅਦ ਬਾਬਾ ਵਾਪਸ ਆਉਂਦਾ ਅਤੇ ਬਾਬੇ ਨੂੰ ਉਹ ਆਪਣੀਆਂ ਹੱਥ ਦੀਆਂ ਚੂੜੀਆਂ ਅਤੇ ਨਾਲ ਜਿਹੜੀਆਂ ਕਿ ਮੁੰਦਰੀਆਂ ਉਹ ਦਿੰਦੀ ਆ, ਅਤੇ ਉਹ ਬਾਬਾ ਇੱਕ ਭੰਗ ਅਤੇ ਨਾਲ ਰੁਮਾਲ ਦੇ ਵਿੱਚ ਬੰਨ੍ਹ ਕੇ ਉਸ ਮਹਿਲਾ ਨੂੰ ਫੜਾ ਦਿੰਦਾ। ਜਦੋਂ ਮਹਿਲਾ ਕਾਲੀ ਮਾਤਾ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕ ਕੇ ਲਿਫਾਫਾ ਖੋਲ੍ਹਦੀ ਆ ਤਾਂ ਉਹਦੇ ਹੋਸ਼ ਉੱਡੇ ਰਹਿ ਜਾਂਦੇ ਨੇ। ਜਦੋਂ ਦੇਖਦੀ ਕਿ ਉਸਦੇ ਵਿੱਚ ਜਿਹੜਾ ਸੋਨੇ ਦੀਆਂ ਚੂੜੀਆਂ ਜਾਂ ਅੰਗੂਠੀਆਂ ਕੁਝ ਵੀ ਨਹੀਂ ਹੈ, ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 1 ਵਿਖੇ ਉਹ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਉਸਨੇ, ਅਤੇ ਹੁਣ ਪੁਲਿਸ ਵੱਲੋਂ ਉਸ ਮਹਿਲਾ ਨੂੰ ਨਾਲ ਲੈ ਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ। ਹਾਲਾਂਕਿ ਉਸ ਮਹਿਲਾ ਦਾ ਕਹਿਣਾ ਕਿ ਇੱਕ ਬਾਬਾ ਜਿਹੜਾ ਕਿ ਅਧਖੜ ਉਮਰ ਦਾ ਆ, ਉਸਨੇ ਪਗਮਾ ਚੋਲਾ ਪਹਿਨਿਆ ਹੋਇਆ ਅਤੇ ਨਾਲ ਉਹਦੇ ਇੱਕ ਪਿੱਛੇ ਮੋਟਰਸਾਈਕਲ ਦੇ ਉੱਤੇ ਇੱਕ ਔਰਤ ਹੈ ਅਤੇ ਇੱਕ ਨੌਜਵਾਨ ਮੁੰਡਾ, ਜਿਹੜੇ ਕਿ ਦੋਵੇਂ ਜਣੇ ਆ ਕੇ ਉਸ ਨੂੰ ਭਰਮਾ ਕੇ ਉਹਦੇ ਕੋਲੋਂ ਸਾਰੇ ਜਣਾ ਕਿ ਗਹਿਣਾ ਗੱਟਾ ਚੋਰੀ ਕਰਕੇ ਲੈ ਗਏ ਨੇ। ਅਤੇ ਅਜਿਹੇ ਮਾਮਲੇ ਪਠਾਨਕੋਟ ਦੇ ਵਿੱਚ ਵੱਧ ਰਹੇ ਨੇ, ਸੋ ਤੁਸੀਂ ਵੀ ਸੁਚੇਤ ਰਹੋ, ਅਜਿਹੇ ਬਾਬਿਆਂ ਦੇ ਚਾਂਸਿਆਂ ਦੇ ਵਿੱਚ ਨਾ ਆਓ ਅਤੇ ਆਪਣੀ ਜਿਹੜੀ ਮਿਹਨਤ ਦੀ ਕਮਾਈ ਉਹ ਕਿਤੇ ਗਵਾਇਓ ਨਾ। ਉਹਨਾਂ ਨੂੰ ਗਿਆ, ਉਹਨਾਂ ਨੂੰ ਗਿਆ।